इंडिया मीट टीवी के आम मुद्दे सेक्शन में आपका स्वागत है आज हम जानेंगे कि सरकार के वादे कितने सच, कौन मारेगा इस बार पाजी, और विधानसभा गुरु हर सहाय क्या है लोगों के विचार चलिए जानते हैं इस खास रिपोर्ट के साथ इंडिया मीट टीवी देख रहे सारे दर्शक सब तो पहला सत पहुँचे हाँ पंजाब के जलालाबाद हल्के ने ਕਰੀਬ 3 ਕਿਲੋਮੀਟਰ ਦੂਰ ਅਮੀਰ ਖਾਸ ਪਿੰਡ ਦੇ ਵਿੱਚ ਜਿਹੜਾ ਗੁਰੂ ਹਰਸਾਏ ਹਲਕੇ ਦੇ ਵਿੱਚ ਪੈਂਦਾ ਹੈ ਵਿਧਾਨ ਸਭਾ ਖੇਤਰ ਜਿਹੜਾ ਗੁਰੂ ਹਰਸਾਏ ਹੈ ਉਸ ਥਾਂ ਤੇ ਅਸੀਂ ਪਹੁੰਚੇ ਹਾਂ ਤੁਸੀਂ ਦੇਖ ਰਹੇ ਹੋ ਪਿੱਛੇ ਅਮੀਰ ਖਾਸ ਪਿੰਡ ਦਾ ਇੱਕ ਲੋਗੋ ਲੱਗਿਆ ਹੋਇਆ ਹੈ ਆਈ ਲਵ ਯੂ ਅਮੀਰ ਖਾਸ ਔਰ ਇਸ ਜਗ੍ਹਾ ਤੇ ਪਹੁੰਚੇ ਹਾਂ ਇਸ ਪਿੰਡ ਦੀ ਅਸੀਂ ਸਮੱਸਿਆਵਾਂ ਦੇਖਦੇ ਹਾਂ ਵੀ ਕੀ ਸਮੱਸਿਆਵਾਂ ਆ ਰਹੀਆਂ ਨੇ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਟਾਈਮ-ਟਾਈਮ ਉਹਨਾਂ ਨੇ ਸਰਕਾਰਾਂ ਨੇ ਅਗਰ ਕੰਮ ਕਰਵਾਏ ਹੈ ਤਾਂ ਵੀ ਜਨਤਾ ਦੱਸੇਗੀ ਅਗਰ ਨਹੀਂ ਕਰਵਾਏ ਤਾਂ ਉਹਨਾਂ ਦੀ ਸਮੱਸਿਆਵਾਂ ਕੀ ਨੇ ਉਸਨਾਂ ਰੂਬੋ ਹੋਵਾਂਗੇ ਕਿਸ ਤਰ੍ਹਾਂ ਦੀ ਸਮੱਸਿਆਵਾਂ ਪਿੰਡ ਦੇ ਵਿਕਾਸ ਹੋਏ ਨੇ ਜਾਂ ਨਹੀਂ ਹੋਏ ਜਾਂ ਲੋਕਾਂ ਦੇ ਮੁੱਦੇ ਕੀ ਨੇ ਉਸ ਮੁੱਦੇ ਤੇ ਚਰਚਾ ਕਰਾਂਗੇ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਹਰਬੰਸ ਕੌਰ ਜੀ ਤੇ ਕੀ ਸਮੱਸਿਆਵਾਂ ਨੇ ਮਾਤਾ ਜੀ ਤੁਹਾਡੀਆਂ ਇੱਥੇ ਇੱਥੇ ਬਸ ਮਿਹਨਤ ਕਰੀਦਾ ਖਾਵੇ ਦਾ ਵੋਟ ਦੇ ਦੇ ਕੁੱਛ ਨਹੀਂ ਦਿੱਤਾ ਸਾਨੂੰ ਪਿਛਲੀ ਵਾਰੀ ਮਾਤਾ ਜੀ ਰਾਣਾ ਗੁਰਜੀਤ ਸਾਡੀ ਸੀ ਐਮ ਐਲ اے ਸੀ ਤੁਹਾਡੇ ਕੋਲ ਆਇਆ ਸੀ ਵੋਟ ਲੈਣ ਵਾਸਤੇ ਵੋਟ ਆ ਆਂਦਾ ਸੀ ਮੈਂ ਬਾਨਗਾ ਤੁਹਾਨੂੰ ਪਾਵਾਂ ਤਾਂ ਕੋਠੇ ਨਾ ਕੋਠੇ ਦਿੱਤੇ ਨਾ ਪਰੇਸ਼ਾਨ ਲੋ ਆਈ ਨਾ ਕੋਈ ਨਾ ਲੋਹ ਯਾਰ ਨਾ ਯਾਰ ਨਾ ਕੋਈ ਤੇ ਕਿਹੜੀ ਆ 250 ਲੱਗੀ ਉਹ ਵੀ ਬਾਨ ਤੋਂ ਲੂਟ ਸਾਰੀ ਆ ਵਾਂ ਟਕਰੀ ਮੈਨੂੰ ਬਸ ਤੇ ਬਾਬਾ ਜੀ ਜਿਹੜੇ ਪਏ ਨੇ ਬਿਮਾਰ ਉਹਨਾਂ ਦੇ ਚੋਟ ਲੱਗੀ ਹੋਈ ਹੈ ਔਰ ਕਾਫੀ ਪਰੇਸ਼ਾਨ ਨੇ ਉਹ ਕੋਈ ਕਮਾ ਸਕਦੇ ਨੇ ਜਾਂ ਬਿਲਕੁਲ ਮੈਂ ਕਮਾ ਕੇ ਲਿਆ ਕੇ ਖਵਾ ਨਹੀਂ ਕੁਝ ਨਹੀਂ ਕਰ ਸਕਦਾ ਉਹ ਕੰਮ ਕਿੰਨੇ ਸਾਰੇ ਸਾਰੇ ਪਿੰਡ ਤਨੂੰ ਕੋਈ ਮਤਲਬ ਕਿ ਮਕਾਨ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਮਿਲੀ ਹੋਵੇ ਨਾ ਕੋਈ ਨਹੀਂ ਦਿੱਤੀ ਕਿਸੇ ਨਹੀਂ ਦਿੱਤੀ ਆਪਾਂ ਨੂੰ ਚੌਧਰੀ ਮੰਗਲ ਨੇ ਅੱਜ ਰੋਰ ਤੈਨੂੰ ਕਿਹਾ ਦੱਸਾ ਮਕਾਨ ਦਿੱਤਾ ਨਹੀਂ ਕੋਈ ਨਹੀਂ ਨਾ ਰਾਣੇ ਦਿੱਤਾ ਨਾ ਕੋਈ ਦਿੱਤਾ ਅੱਜ ਮਤਾ ਜੀ ਬਾਬਾ ਜੀ ਤੇ ਚੋਟ ਲੱਗੀ ਹੈ ਤੇ ਇਲਾਜ ਵਾਸਤੇ ਕੋਈ ਕਿਸੇ ਪਾਰਟੀ ਨੇ ਜਾਂ ਸਰਪੰਚ ਨੇ ਕੋਈ ਪੰਜ ਪੈਸੇ ਵੀ ਨਹੀਂ ਦਿੱਤੇ ਕੁਝ ਨਹੀਂ ਦਿੱਤਾ ਅੰਜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਰੇਸ਼ਾਨ ਪਰਿਵਾਰ ਹੈ ਗਰੀਬ ਪਰਿਵਾਰ ਹੈ ਵਿਚਾਰਾ ਔਰ ਇਹਨਾਂ ਦੇ ਰੋਜੀ ਰੋਟੀ ਦਾ ਕੋਈ ਜੁਗਾੜ ਨਹੀਂ ਹੈ ਔਰ ਇਲਾਜ ਦਾ ਜਿਹੜਾ ਇਹ ਕਹਿੰਦੇ ਵੀ ਇਲਾਜ ਵੀ ਅਸੀਂ ਦੂਸਰੇ ਪਿੰਡਾਂ ਚ ਦਰ ਦਰ ਜਾਣੇ ਮਜ਼ਦੂਰੀ ਕਰਕੇ ਤੇ ਫਿਰ ਕਮਾ ਕੇ ਤੇ ਅਸੀਂ ਉਹਦਾ ਇਲਾਜ ਕਰਵਾ ਰਹੇ ਹਾਂ ਇਲਾਜ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ ਗਈ ਅਗਰ ਪੰਜਾਬ ਦੇ ਅੰਦਰ ਜਿਵੇਂ ਦਿੱਲੀ ਸਰਕਾਰ ਨੇ ਕਲਨੀ ਖੋਲ੍ਹਨੇ ਜਾਂ ਫਰੀ ਦਵਾਈਆਂ ਮਿਲ ਰਹੀਆਂ ਨੇ ਜਾਂ ਹੋਰ ਵੀ ਤਾਂ ਕਈ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੀ ਦਵਾਈਆਂ ਦੀ ਸਹੂਲਤ ਫਰੀ ਹੈ ਜਾਂ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀ ਹੈ ਜਾਂ ਕਿਸੇ ਹਸਪਤਾਲ ਜਾ ਸਕਦੇ ਨੇ ਉਸ ਤਰ੍ਹਾਂ ਦੀ ਅਗਰ ਸਹੂਲਤ ਸਰਕਾਰ ਇੱਥੇ ਕਰੇ ਤਾਂ ਇਹ ਪਰੇਸ਼ਾਨ ਗਰੀਬ ਲੋਕ ਬਹੁਤ ਜ਼ਿਆਦਾ ਫਾਇਦਾ ਉਠਾ ਸਕਦੇ ਹਨ ਔਰ ਇਹਨਾਂ ਨੂੰ ਗਰੀਬਾਂ ਨੂੰ ਬਹੁਤ ਮਦਦ ਮਿਲ ਸਕਦੀ ਹੈ ਇਸ ਵਕਤ ਅਸੀਂ ਖੜੇ ਹਾਂ ਅਮੀਰ ਖਾਸ ਪਿੰਡ ਦੇ ਵਿੱਚ ਪੰਜਾਬ ਦੇ ਜਿਹੜੇ ਜਲਾਲਾਬਾਦ ਦੇ ਕੋਲ ਅਮੀਰ ਖਸ ਪਿੰਡ ਹੈ ਉਸ ਦੇ ਵਿੱਚ ਖੜਿਆ ਉਸ ਪਿੰਡ ਦੇ ਅਸੀਂ ਡੋਰ ਟੂ ਡੋਰ ਸਰਵਾ ਕੀਤਾ ਬਹੁਤ ਸਾਰੇ ਕਰਾਂ ਦੇ ਵਿੱਚ ਗਏ ਆ ਔਰ ਦੇਖਿਆ ਬਹੁਤ ਸਾਰੇ ਥਾਵਾਂ ਤੇ ਜਿਹੜੇ ਗਰੀਬ ਤਬਕਾ ਹੈ ਉਹਨਾਂ ਦੇ ਕੋਈ ਕੰਮ ਨਹੀਂ ਹੋਏ ਇਸ ਵਾਰੀ ਜਿਹੜਾ ਐਮ ਐਲ ਏ ਰਾਣਾ ਗੁਰਜੀ ਸੋਢੀ ਸੀ ਜਿਨੇ ਇਸ ਵਾਰੀ ਪਾਰਟੀ ਬਦਲ ਲਈ ਹੈ ਬੜੀ ਮਜਬੂਰੀ ਨਾਲ ਇੱਕ ਗੇਟ ਲਾ ਕੇ ਤੇ ਟਾਈਮ ਪਾਸ ਕਰੀ ਜਾਂਦੇ ਨੇ ਤਾਂ ਕਿ ਆਵਾਰਾ ਪਸ਼ੂ ਅੰਦਰ ਐਂਟਰੀ ਨਾ ਕਰ ਸਕਣ ਔਰ ਐਜੀ ਗਰੀਬੀ ਨਾਲ ਦੋ ਚਾਰ ਹੋ ਰਹੇ ਨੇ ਔਰ ਇੱਕ ਹੋਰ ਮਾਤਾ ਜੀ ਦਾ ਸਵਾਲ ਸੀਗਾ ਪਿੱਛੇ ਜਿਉ ਥੋੜਾ ਜਿਹਾ ਆਪਦੀ ਪੜਾਅਸ ਕੱਢ ਕੇ ਗਏ ਨੇ ਕਹਿੰਦੇ ਵੀ ਇਸ ਪਿੰਡ ਦੇ ਵਿੱਚ ਹੋਰ ਵੀ ਕਈ ਸਮਾਜ ਦੇ ਲੋਕ ਨੇ ਸਿਰਫ ਰਾਸਿਕਾਂ ਦੇ ਵੋਟਾਂ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਦਬਾ ਕੇ ਜਾਂ ਕਿਸੇ ਤਰ੍ਹਾਂ ਦੀ ਵੋਟਾਂ ਲਈਆਂ ਜਾਂਦੀਆਂ ਨੇ ਲੇਕਿਨ ਸਰਪੰਚ ਰਾਸਿਕਾਂ ਦਾ ਕਦੇ ਬਣ ਨਹੀਂ ਦਿੱਤਾ ਇੱਕ ਵਾਰੀ ਰਾਸਿਕਾਂ ਦਾ ਸਰਪੰਚ ਖੜਾ ਹੋਇਆ ਸੀ ਉਹਨੂੰ ਕਿਸੇ ਤਰ੍ਹਾਂ ਦਾ ਉਹਦੇ ਤੇ ਕੇਸ ਪਵਾ ਕੇ ਕਿਸੇ ਵੱਡੇ ਲੀਡਰ ਤੋਂ ਕਹਿ ਕੇ ਤੇ ਉਹਨੂੰ ਅੰਦਰ ਕਰਵਾ ਦਿੱਤਾ ਔਰ ਉਹ ਵੀ ਸਰਪੰਚੀ ਦਾ ਇਲੈਕਸ਼ਨ ਇਹਨਾਂ ਨੇ ਆਪ ਜਿੱਤ ਲਿਆ ਇਹਨਾਂ ਦੀ ਮੰਗ ਹੈ ਕਿ ਸਾਡਾ ਰਾਸਿਕ ਸਮਾਜ ਦਾ ਅਗਰ ਸਰਪੰਚ ਜਦੋਂ ਬਣੇਗਾ ਤੇ ਸਾਨੂੰ ਮਿਲੇਗੀ ਜਾਂ ਚੰਗਾ ਸਰਪੰਚ ਬਣੇਗਾ ਤਾਂ ਜਾ ਕੇ ਸਹੂਦਤ ਮਿਲ ਸਕਦੀ ਹੈ ਤੁਸੀਂ ਇੱਕ ਗੱਲ ਕਹੀ ਸੀ ਜਿਹੜੀ ਗੱਲ ਮੈਂ ਦੁਬਾਰਾ ਦੁਹਰਾ ਰਿਹਾ ਆਂ ਵੀ ਰਾਸਿਕਾ ਦਾ ਸਰਪੰਚ ਬਣੇਗਾ ਤਾਂ ਫੇਰ ਸਹੂਦਤ ਮਿਲੇਗੀ ਲੇਕਿਨ ਰਾਸਿਕਾ ਦਾ ਐਮਐਲਏ ਖੜਾ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਤੁਹਾਨੂੰ ਕੀ ਸਹੂਦਤ ਦੇ ਸਕੂਗਾ ਦੇ ਸਕੂਦਾ ਅਸੀਂ ਉਹਦੇ ਨਾਲ ਜੁੜਨਾ ਚਾਹੁੰਦੇ ਆਂ ਸਾਡੇ ਉਹ ਬਣ ਜਾਵੇ ਤੇ ਸਾਨੂੰ ਸਰਪੰਚੀ ਮਿਲ ਜਾਵੇ ਨਹੀਂ ਨਾ ਬਣਿਆ ਤਾਂ ਸਾਨੂੰ ਸਰਪੰਚੀ ਨਹੀਂ ਟੱਕਰਨੀ ਨਾ ਸਾਨੂੰ ਵੱਡੇ ਲੋਕ ਲੈਣ ਦੇਣ ਦੇ ਗਰੀਬਾਂ ਨੂੰ ਹਾਂਜੀ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਦਾ ਇਹਨਾਂ ਦਾ ਕਹਿੰਦਾ ਸਰਕਾਰ ਜਿਹਨਾਂ ਦੀ ਬਣਦੀ ਹੈ ਉਸ ਵਿਧਾਨ ਨਹੀਂ ਦਿੰਦੇ ਲੇਕਿਨ ਇਸ ਵਾਰੀ ਕਹਿੰਦੇ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਫੋਜਾ ਸਿੰਘ ਸਰਾਰੀ ਇਸ ਇਲਾਕੇ ਚ ਵਿਚਰ ਰਿਹਾ ਹੈ ਔਰ ਬਹੁਤ ਘਰ ਘਰ ਡੋਰ ਡੋਰ ਤੋ ਸਰਵਾ ਕਰ ਰਿਹਾ ਹੈ ਔਰ ਉਹਨਾਂ ਦੇ ਕੰਪੇਨਿੰਗ ਜਾਰੀ ਹੈ ਇਹ ਅਗਰ ਇਹਨਾਂ ਦਾ ਰਾ ਸਿੱਖਾਂ ਦਾ ਇਸ ਵਾਰੀ ਐਮ ਐਲ ਏ ਬਣਦਾ ਤਾਂ ਇਹਨਾਂ ਦਾ ਸਰਪੰਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਰਾ ਸਿੱਖਾਂ ਦਾ ਬਣੇਗਾ ਫਿਰ ਜਾ ਕੇ ਇਹਨਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਨਹੀਂ ਤਾਂ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਭਾਈ ਸਾਹਿਬ ਖੜੇ ਨੇ ਕੀ ਨਾਮ ਹੈ ਤੁਹਾਡਾ ਪੈਸਾ ਸਿੰਦਨ ਸਿੰਦਰ ਸਿੰਘ ਜੀ ਸਰਿੰਦਰ ਸਿੰਘ ਜੀ ਸਰਿੰਦਰ ਸਿੰਘ ਜੀ ਤੁਹਾਡੇ ਘਰ ਦੀ ਹਾਲਤ ਇੰਨੀ ਮਾੜੀ ਕਿਉਂ ਹੈ ਤੁਸੀਂ ਕੋਈ ਪੱਕੇ ਮਕਾਨ ਤੁਹਾਨੂੰ ਮਿਲੇ ਨਹੀਂ ਸੁਵਿਧਾ ਨਹੀਂ ਮਿਲੀ ਨਾ ਕੋਈ ਚੀਜ਼ ਨਹੀਂ ਮਿਲੀ ਕਿਸੇ ਨੂੰ ਕਿਹਾ ਵੀ ਨਹੀਂ ਅਜੇ ਤੱਕ ਸਰਪੰਚ ਨੂੰ ਜਾਂ ਜਿੰਨੇ ਵੀ ਇਹਨਾਂ ਨੇ ਕਿਹਾ ਹੀ ਕੋਈ ਨਹੀਂ ਕੋਈ ਗੱਲ ਨਹੀਂ ਕੀਤੀ ਅੱਛਾ ਤੁਸੀਂ ਕਿਤੇ ਨਹੀਂ ਗੱਲ ਤਾਂ ਹੀ ਨਹੀਂ ਤੁਹਾਨੂੰ ਮਿਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਵੀ ਜਿਹੜਾ ਸਾਡੇ ਕੰਮ ਹੋਣਗੇ ਕਹਿਣਾ ਵੀ ਤੁਹਾਨੂੰ ਕੋਈ ਸੁਲ ਦੇਵੇ ਠੀਕ ਹੈ ਜੀ ਹਾਂਜੀ ਕੋਈ ਸੁਲ ਤੁਹਾਨੂੰ ਜੇਵੇ ਕੋਈ ਨਾ ਕੋਈ ਸੁਲ ਦੇਵੇ ਗਰੀਬ ਬੰਦੇ ਨੂੰ ਮਤਲਬ ਕਹਿਣ ਦਾ ਤੁਹਾਡਾ ਵੀ ਵੋਟ ਜਦੋਂ ਅਸੀਂ ਮੰਗਣ ਹੋਣਗੇ ਤੇ ਅਸੀਂ ਉਹਨਾਂ ਨਾਲ ਮਤਲਬ ਠੋਕ ਵਜਾ ਕੇ ਗੱਲ ਕਰਾਂਗੇ ਵੀ ਸਾਨੂੰ ਪੱਕੀ ਗੱਲ ਕਰਾਂਗੇ ਕਿਉਂਕਿ 70 ਸਾਲਾਂ ਤੋਂ ਵੋਟ ਪਾਉਂਦੇ ਆ ਰਹੇ ਹਾਂ ਔਰ ਇਸ ਵਾਰੀ ਅਸੀਂ ਉਹ ਵੋਟ ਨਹੀਂ ਪਾਉਣੀ ਜਿਹੜੀ ਪਹਿਲਾਂ ਤੋਂ ਪਾਉਂਦੇ ਆ ਰਹੇ ਹਾਂ ਅਸੀਂ ਇਸ ਵਾਰੀ ਇਹ ਗੱਲ ਕਰਾਂਗੇ ਠੋਕ ਵਜਾ ਕੇ ਵੀ ਸਾਨੂੰ ਕੋਈ ਐਜੀ ਗਰੰਟੀ ਦੇ ਕੇ ਜਾਓ ਕੋਈ ਐਜੀ ਗਰੰਟੀ ਦਿਓ ਜਿਹਦੇ ਆਧਾਰ ਤੇ ਅਸੀਂ ਤੁਹਾਨੂੰ ਵੋਟ ਪਾ ਸਕੀਏ ਹਾਂਜੀ ਆਂਟੀ ਜੀ ਆਏ ਨੇ ਇਹਨਾਂ ਦਾ ਵੀ ਬਹੁਤ ਗੁੱਸਾ ਫੁੱਟਿਆ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਦੁਬਾਰਾ ਇੱਕ ਨਵੀਂ ਮੈਟਰ ਤੇ ਇਹਨਾਂ ਨੇ ਗੱਲ ਸੁਣਵਾ ਰਹੇ ਨੇ ਹਾਂਜੀ ਆਂਟੀ ਜੀ ਦੱਸੋ ਵੀ ਭਈ ਇਹ ਨਾ ਸਾਨੂੰ ਆਪ ਦਾ ਸਰਪੰਚ ਰਾਵਾਂ ਸੀ ਕਦ ਵਖਰਾ ਚਾਹੀਦਾ ਸਾਡਾ ਇਹਨਾਂ ਨਾਲ ਕੋਈ ਪੇਤ ਪਾ ਨਹੀਂ ਨਾ ਸਾਨੂੰ ਕੁ ਦੱਸਣ ਨਾ ਸਾਨੂੰ ਕੁ ਚੀਜ਼ ਮਿਲਣਾ ਸਾਡੀ ਗੱਲ ਸੁਣਦੇ ਸਾਡੀ ਜਾਈਏ ਜਾਈਏ ਤਾਂ ਸਾਨੂੰ ਥੱਕੇ ਮਾਰ ਤੇ ਬਾਹਰ ਕਰ ਦੇ ਨਹੀਂ ਕੋਈ ਕੱਢਣਾ ਸਾਡਾ ਲੈਣ ਦੇ ਨਹੀਂ ਹੈਗਾ ਸਾਡੀ ਗੱਲ ਸੁਣਾਈ ਨਹੀਂ ਕਰਦੇ ਤੇ ਇੱਕ ਗੱਲ ਇਹ ਸਾਡੇ ਪੜੇ ਲਿਖੇ ਬੱਚਿਆਂ ਨੂੰ ਕੋਈ ਸਾਨੂੰ ਨਹੀਂ ਮਿਲੀਆਂ ਨੌਕਰੀਆਂ ਭਾਰੇ ਵਿਚਾਰੇ ਗਰੀਬਾਂ ਦੇ ਰਾਵਾਂ ਸਿੱਖਾਂ ਦੇ ਮੁੰਡੇ ਰੋਲਦੇ ਫਿਰਦੇ ਨੇ ਇਹਨਾਂ ਕੌਮ ਦੇ ਤੰਤੜੀਕੇ ਘਾਰ ਦੇ ਲੱਗੇ ਮੈਂ ਸਾਡਾ ਇੱਕ ਵੀ ਨਹੀਂ ਜਰਾ ਕੋਈ ਬੰਦਾ ਤੇ ਇੱਕ ਵੀ ਲੱਗਦਾ ਰਾਵਾਂ ਸਿੱਖਾਂ ਦੇ ਭੰਮ ਕਿੰਨੀ ਮਰਜ਼ੀ ਪੜਾਈ ਬੀਏ ਤੇ ਐਵੇਂ ਕੀਤੀ ਬੈਠਣ ਕੋਈ ਨੌਕਰੀਆਂ ਨਹੀਂ ਮਿਲੀਆਂ ਸਾਨੂੰ ਹਾਂਜੀ ਤੁਸੀਂ ਦੇਖ ਰਹੇ ਹੋ ਮਾਤਾ ਜੀ ਦਾ ਕਿਵੇਂ ਗੁੱਸਾ ਫੁੱਟ ਰਿਹਾ ਹੈ ਕਿਸੇ ਵੀ ਗਰੀਬ ਪਰਿਵਾਰ ਜਿੰਨੇ ਵੀ ਰਾਸਿਕ ਸਮਾਜ ਦੇ ਨੇ ਔਰ ਜਦੋਂ ਬਾਰਡਰ ਤੇ ਜਾਣਾ ਹੋਵੇ ਜਦੋਂ ਬਾਰਡਰ ਤੇ ਫੌਜੀ ਲਾਉਣੇ ਹੋਣ ਉਦੋਂ ਬਾਰਡਰ ਏਰੀਆ ਦੇ ਰਾਸਿਕ ਜਿਹੜੇ ਨੇ ਉਹ ਬਾਰਡਰ ਏਰੀਆ ਤੇ ਸੇਵਾ ਕਰ ਰਹੇ ਨੇ ਜਵਾਨ ਜਿਹੜੇ ਲੱਗੇ ਨੇ ਔਰ ਦੇਸ਼ ਦੀ ਬਾਗਡੋਰ ਸੰਭਾਲ ਰਹੇ ਨੇ ਲੇਕਿਨ ਦੇਸ਼ ਦੀ ਜਿਹੜੀ ਆਂਤ੍ਰਿਕ ਸਥਿਤੀ ਹੈ ਉਹਨਾਂ ਦੇ ਘਰ ਹੈ ਉਹਨਾਂ ਦੇ ਪਰਿਵਾਰ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਔਰ ਤਕੜੇ ਤਕੜੇ ਘਰਾਂ ਦੇ ਲੋਕ ਚਾਹ ਰਿਸ਼ਵਤ ਦੇ ਕੇ ਚਾਹੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਪਹੁੰਚ ਹੈ ਉਹਨਾਂ ਦੀ ਔਰ ਵੱਡੇ ਵੱਡੇ ਲੋਕਾਂ ਨਾਲ ਉਹ ਨਹੀਂ ਉੱਠਣੀ ਬੈਠਣੀ ਹੈ ਉਸ ਕਾਰਨ ਉਹ ਕਰਾਂ ਤੇ ਬਹੁਤ ਸਾਰੇ ਬੱਚੇ ਅਜੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਕੋਈ ਅਜੇ ਤੱਕ ਨੌਕਰੀ ਨਹੀਂ ਮਿਲੀ ਔਰ ਬੇਰੋਜ਼ਗਾਰ ਤਰ ਫਿਰ ਰਹੇ ਨੇ ਔਰ ਆ ਘਰ ਦੀ ਹਾਲਾਤ ਤੁਹਾਨੂੰ ਦਿਖਾ ਦਿਆਂ ਆ ਬਾਜ਼ਾਰ ਜਿਹੜਾ ਪੂਰਾ ਕੱਚਾ ਬਾਜ਼ਾਰ ਹੈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਮਕਾਨ ਸਾਰਿਆਂ ਦੇ ਡਿੱਗਣ ਵਾਲੇ ਪਏ ਨੇ ਆ ਪਾਥੀਆਂ ਥੱਪੀਆਂ ਪਈਆਂ ਨੇ ਉਹ ਵੀ ਕੰਧ ਨੂੰ ਕੋਈ ਪੱਕਾ ਨਹੀਂ ਬਣਾਇਆ ਗਿਆ ਜਾਂ ਲਿੱਪੀ ਨਹੀਂ ਗਈ ਜਾਂ ਕਿਸੇ ਤਰ੍ਹਾਂ ਦੀ ਇੱਟਾਂ ਜੋੜ ਕੇ ਟਾਈਮ ਪਾਸ ਕਰ ਰਹੇ ਨੇ ਪਿੱਛੇ ਇੱਕ ਘਰ ਦੇਖ ਰਹੇ ਹੋ ਤੁਸੀਂ ਗਰੀਬ ਪਰਿਵਾਰ ਦਾ ਘਰ ਹੈ ਉਹਨਾਂ ਨੇ ਬੜੀ ਹਾਂਜੀ ਤੁਸੀਂ ਦੇਖ ਰਹੇ ਹੋ ਗਲੀ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਲਾਈਵ ਦੇਖ ਰਹੇ ਹੋ ਤਸਵੀਰਾਂ ਔਰ ਇਹ ਦੀਵਾਰ ਜਿਹੜੀ ਹੈ ਇਹ ਵੀ ਬਹੁਤ ਜਰਜਰ ਹਾਲਤ ਚ ਕਿਉਂਕਿ ਇਸ ਗਲੀ ਦੇ ਅੰਦਰ ਪਾਣੀ ਭਰ ਜਾਂਦਾ ਪਾਣੀ ਭਰਨ ਕਰਕੇ ਬਹੁਤ ਜ਼ਿਆਦਾ ਚਿੱਕੜ ਹੋ ਜਾਂਦਾ ਔਰ ਲੋਕਾਂ ਨੂੰ ਟੱਪਣਾ ਇਥੋਂ ਮੁਹਾਲ ਹੋ ਜਾਂਦਾ ਔਰ ਲੋਕਾਂ ਨੇ ਮਤਲਬ ਬਹੁਤ ਪਰੇਸ਼ਾਨੀ ਉਠਾਣੀ ਪੈ ਰਹੀ ਹੈ ਔਰ ਇਸ ਟਾਈਮ ਇਹਨਾਂ ਦੀ ਦੁਵਾਰਾਂ ਵੀ ਕਰੀਬ ਡਿੱਗਣ ਵਾਲੀਆਂ ਹੋ ਗਈਆਂ ਨੇ ਔਰ ਆਪਾਂ ਇੱਕ ਹੋਰ ਪਰਿਵਾਰ ਇੱਥੇ ਜੁੜੇ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਤੋਂ ਪੁੱਛਦੇ ਹਾਂ ਵੀ ਕੀ ਹਾਲਾਤ ਨੇ ਤੁਹਾਡੇ ਬਾਜ਼ਾਰ ਦੇ ਔਰ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਔਰ ਪ ਹਾ ਜੀ ਅੰਟੀ ਜੀ ਤੁਸੀਂ ਦੱਸੋ ਵੀ ਤੁਹਾਡੇ ਇਲਾਕੇ ਦੇ ਵਿੱਚ ਕੀ ਵਿਕਾਸ ਹੋਇਆ ਜਾਂ ਤੁਹਾਡੀ ਕੀ ਸਮੱਸਿਆਵਾਂ ਜਿੰਨੇ ਪਾਰਟੀਆਂ ਆਈਆਂ ਵੋਟਾਂ ਲੈ ਕੇ ਜਾਂਦੀਆਂ ਤੁਹਾਡਾ ਕੋਈ ਮਸਲਾ ਹੱਲ ਕੀਤਾ ਜਾਂ ਨਹੀਂ ਕੀਤਾ ਉਹ ਨਾ ਸਾਡਾ ਮਸਲਾ ਕੋਈ ਨਹੀਂ ਕੀਤਾ ਉਹਨਾਂ ਨਾ ਜਿਹੜੀ ਪਾਰਟੀ ਦੇ ਬੰਦੇ ਨੇ ਕੋਈ ਜੇ ਕਾਂਗਰਸ ਬਣ ਗਈ ਉਹਨਾਂ ਆ ਦਾ ਸਰਪੰਚ ਬਣਾ ਦੇਣਾ ਉਹ ਚੌਧਰੀ ਬੰਦੇ ਨੇ ਉਹਨਾਂ ਆ ਦੀ ਸੜਕਾਂ ਬਣਾ ਲਈ ਨਰਾਵਾਂ ਕੋਈ ਗੋਲਦਾ ਨਹੀਂ ਨਾ ਸਾਡੀ ਕੋਈ ਗੱਲ ਸੁੰਦ ਨਾ ਸਾਡੀ ਕੋਈ ਪਿਲਸਣਾ ਲੱਗਦੀਆਂ ਕੋਈ ਜੁਰਗ ਗਾਇ ਪਾ 60 ਸਾਲ ਮੇਰੀ ਵੀ 98 ਸਾਲ ਉਮਰ ਹੋਈ ਪਈ ਕੋਈ ਤਨ ਖਾ ਨਹੀਂ ਲੱਗੀ ਕੋਈ ਸਾਡੀ ਛੜਕ ਨਹੀਂ ਬਣੀ ਸਾਡੇ ਬੰਦੇ ਆ ਨੇ ਨਾ ਸਾਨੂੰ ਕੋ ਸਾਰੀ ਜ਼ਿੰਦਗੀ ਚੀ ਅੰਟੇ ਜੇ ਜਸਤਰਾ ਵੋਟ ਬੈਂਕ ਬਹੁਤ ਤਕੜਾ ਆ ਜਲਾਲਨਵਾਦ ਗੁਰੂਰਸਾਇ ਦੇ ਅੰਦਰ ਰਾਸਿਕ ਸਮਾਜ ਬਹੁਤ ਜ਼ਿਆਦਾ ਇੱਥੇ ਵਿਚਰਦੇ ਨੇ ਜਾਂ ਜਿੰਨੀਆਂ ਵੀ ਵੋਟਾਂ ਨੇ ਰਾਸਿਕਾਂ ਦੀ ਸਭ ਤੋਂ ਜ਼ਿਆਦਾ ਨੇ ਲੇਕਿਨ ਕੀ ਰਾਸਿਕਾ ਤੋਂ ਕੱਲੀ ਵੋਟ ਹੀ ਲਈ ਜਾਂਦੀ ਹੈ ਜਾਂ ਉਹਨਾਂ ਦੇ ਕੰਮ ਵੀ ਕੀਤੇ ਜਾਂਦੇ ਨੇ ਕੰਮ ਨਹੀਂ ਕਰਦੇ ਸਾਡੇ ਕੰਮ ਉਹਨਾ ਆਪ ਦੇ ਕਰਦੇ ਨੇ ਜਿਹੜਾ ਬੰਦਾ ਸਰਪੰਚ ਉਹ ਆਪ ਦੇ ਬਿਆਦਰੀ ਦਸਮਾਲ ਲੈਂਦਾ ਸਾਡੀ ਬਿਆਦਰੀ ਦ ਜਿੰਦਗੀ ਭਰ ਸਰਪੰਚ ਨਹੀਂ ਬਣਾ ਜਦੋਂ 40 ਸਾਲ ਤੋਂ ਮੇਰੇ ਵਿਆਹ ਨੂੰ ਆਣ ਲੱਗੇ ਨੇ ਤੇ ਨਾ ਸਰਪੰਚ ਰਾਵਾਂ ਸਿੱਖਾਂ ਦਾ ਬਣੇ ਤੇ ਨਾ ਛੜਕ ਬਣਾਈ ਸਾਡੀ हां जेड़े जो माजरे बंदे ने चौधरी बंदे ने ओ आप ते ਛੜਕਾ ਬਣਾ ਦੇਣ ਆਪ ਤੇ ਖਰਾ ਤੇ ਕਲੰਦਰ ਤੇ ਕਨਵਾਰ ਲੰਦੇ ਸਾਡਾ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਜਾਣੇ ਅਗੂ ਸੋ ਗੋਗਾ ਦੇ ਨਾ ਦਾ ਦਿਮਾਗ ਖਰਾਬ ਹੋ ਰਾਣਾ ਸਾਡੀ ਆਇਆ ਤੇ ਮੈਂ ਗਈ ਉੱਤੇ ਸਿਮਿਆ ਚ ਤੇ ਸਾਡੀ ਚਾਚੀ ਤਾਂ ਸਾਰੇ ਗਲੀ ਅਲਗਾ ਸਾਡੇ ਮੈਂਬਰਾਂ ਨੇ ਵੀ ਗਈ ਪ੍ਰਾਣੇ ਆ ਗਈ ਸਾਡੀ ਚਾਚੀ ਉਹ ਆਗੂ ਪਤਾ ਕੀ ਕਹਿੰਦਾ ਉਹਨਾਂ ਨੇ ਇਹਨਾਂ ਦੇ ਜਨਾਨਿਆਂ ਦਾ ਦਿਮਾਗ ਖਰਾਬ ਹੈ ਰਾਣਾ ਸਾਹਿਬ ਅਸੀਂ ਰੋਕ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਸਾਡੀ ਛੜਕ ਬਣਾ ਦੇ ਸਾਨੂੰ ਮਜਬੂਰੀ ਬਹੁਤ ਅਸੀਂ ਲੰਗਾ ਟਪਣਾ ਔਖਾ ਵਾ ਪਿਆ ਸਾਨੂੰ ਹਾਂਜੀ ਤੁਸੀਂ ਦੇਖ ਰਹੇ ਹੋ ਲੋਕ ਕਿੰਨੇ ਪਰੇਸ਼ਾਨ ਨੇ ਬੜੀ ਪਰੇਸ਼ਾਨੀ ਨਾਲ ਸਾਹਮਣਾ ਕਰ ਰਹੇ ਨੇ ਜਿਹੜੇ ਤਕੜੇ ਲੋਕ ਨੇ ਉਹਨਾਂ ਦੇ ਨੀਚੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਐਮਐਲਏ ਜਾਂ ਐਮਪੀਆ ਦੇ ਥੱਲੇ ਕਰਨ ਵਾਲੇ ਉਹ ਲੋਕ ਇਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਔਰ ਅਗਰ ਪਹੁੰਚਦੇ ਨੇ ਤਾਂ ਉਹ ਪਿੱਛੋਂ ਹੀ ਉਹਨਾਂ ਨੂੰ ਮੋੜ ਦਿੰਦੇ ਨੇ ਕਹਿੰਦੇ ਨੇ ਵੀ ਇਹਨਾਂ ਦਾ ਦਿਮਾਗ ਖਰਾਬ ਹੈ ਇਹ ਸਮੱਸਿਆ ਦੱਸ ਰਹੀਆਂ ਨੇ ਇਹਨਾਂ ਦਾ ਸਾਰੇ ਕੰਮ ਹੋਏ ਨੇ ਲੇਕਿਨ ਹਾਲਾਂਕਿ ਦਰਾਤਲ ਤੇ ਜ਼ੀਰੋ ਲਾਈਨ ਤੇ ਅਸੀਂ ਖੜੇ ਆਂ ਔਰ ਇਸ ਜ਼ੀਰੋ ਲਾਈਨ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਹੋਇਆ ਇਸ ਗਰਾਉਂਡ ਰਿਪੋਰਟ ਤੋਂ ਮੈਂ ਸਤਪਾਲ ਸਰਾਰੀ ਇੰਡੀਆ ਮੀਟ ਟੀਵੀ इंडिया मी टीवी की न्यूज़ को सबसे पहले देखने के लिए लाल कलर वाले बटन पर क्लिक करके अभी सब्सक्राइब करें और साथ में लगे घंटे के बटन को भी दबाएं ताकि आप सबसे पहले हमारी न्यूज़ को देख पाए